ਅੱਜ ਇਹ ਸਿਧਵਾ ਕਨਾਲ ਜੋ ਕਿ ਇੱਕ ਗੰਦਾ ਦਰਿਆ ਬਣਦਾ ਜਾ ਰਿਹਾ ਸੀ, ਗੰਦੀ ਨਹਿਰ ਬਣਦੀ ਜਾ ਰਹੀ ਸੀ ਮੁੱਠੇ ਨਾਲੇ ਦੇ ਕਰਕੇ, ਉੱਥੇ ਆਹ ਦੇਖੋ ਅਸੀਂ ਨਹਿਰ ਦੇ ਵਿੱਚ ਅੱਜ ਥੱਲੇ ਤੱਕ ਸਾਰੀ ਅਸੀਂ ਸਫਾਈ ਕਰਾਈ ਹੈ। ਇਹ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਔਰ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਅਸੀਂ ਇਹ ਸਾਰਾ ਉਦਮ ਕਰ ਰਹੇ ਹੈਗੇ ਹਾਂ। ਅਸੀਂ ਤੁਹਾਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਇਹਦੇ ਵਿੱਚ ਤੁਸੀਂ ਕੋਈ ਵੀ ਪੂਜਾ ਦੀ ਸਮੱਗਰੀ ਕਿਰਪਾ ਕਰਕੇ ਇਸ ਪਾਣੀ ਨੂੰ ਲਾ ਸਕਦੇ ਹੋ। ਜਿੰਨੀ ਵੀ ਸਾਡੀ ਸੀਮਾ ਹੈਗੀ ਹਲਕਾ ਪੱਛਮੀ ਦੇ, ਤੁਸੀਂ ਦੇਖੋ ਅਸੀਂ ਨਹਿਰ ਦੇ ਵਿੱਚ ਤੁਹਾਨੂੰ ਅਸੀਂ ਇਹ ਚੀਜ਼ ਨਜ਼ਾਰਾ ਦਿਖਾਉਣ ਜਾ ਰਹੇ ਹਾਂ ਕਿਸ ਤਰੀਕੇ ਨਾਲ ਨਹਿਰ ਦਾ ਫਰਸ਼ ਦੇਖੋ ਨੀਚੇ ਤੁਸੀਂ ਕਿੱਥੇ, ਬਿਲਕੁਲ ਫਰਸ਼ ਤੱਕ ਇੱਥੇ ਸਫਾਈ ਕੀਤੀ ਗਈ ਆ। ਕਿਰਪਾ ਕਰਕੇ ਇਸ ਇਨਵਾਇਰਮੈਂਟ ਨੂੰ ਆਪਾਂ ਬਚਾਈਏ। ਅੱਜ ਇਹ ਸਿਧਵਾ ਕਨਾਲ ਜੋ ਕਿ ਇੱਕ ਗੰਦਾ ਦਰਿਆ ਬਣਦਾ ਜਾ ਰਿਹਾ ਸੀ, ਗੰਦੀ ਨਹਿਰ ਬਣਦੀ ਜਾ ਰਹੀ ਸੀ ਮੁੱਠੇ ਨਾਲੇ ਦੇ ਕਰਕੇ, ਉੱਥੇ ਆਹ ਦੇਖੋ ਅਸੀਂ ਨਹਿਰ ਦੇ ਵਿੱਚ ਅੱਜ ਥੱਲੇ ਤੱਕ ਸਾਰੀ ਅਸੀਂ ਸਫਾਈ ਕਰਾਈ ਹੈ। ਇਸ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਔਰ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਅਸੀਂ ਇਹ ਸਾਰਾ ਉਦਮ ਕਰ ਰਹੇ ਹੈਗੇ ਹਾਂ। ਅਸੀਂ ਤੁਹਾਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਇਹਦੇ ਵਿੱਚ ਤੁਸੀਂ ਕੋਈ ਵੀ ਪੂਜਾ ਦੀ ਸਮੱਗਰੀ ਕਿਰਪਾ ਕਰਕੇ ਇਸ ਪਾਣੀ ਨੂੰ ਲਾ ਸਕਦੇ ਹੋ। ਜਿੰਨੀ ਵੀ ਸਾਡੀ ਸੀਮਾ ਹੈਗੀ ਹਲਕਾ ਪੱਛਮੀ ਦੇ, ਤੁਸੀਂ ਦੇਖੋ ਅਸੀਂ ਨਹਿਰ ਦੇ ਵਿੱਚ ਤੁਹਾਨੂੰ ਅਸੀਂ ਇਹ ਚੀਜ਼ ਨਜ਼ਾਰਾ ਦਿਖਾਉਣ ਜਾ ਰਹੇ ਹਾਂ ਕਿਸ ਤਰੀਕੇ ਨਾਲ ਨਹਿਰ ਦਾ ਫਰਸ਼ ਦੇਖੋ ਨੀਚੇ ਤੁਸੀਂ ਕਿੱਥੇ, ਬਿਲਕੁਲ ਫਰਸ਼ ਤੱਕ ਇੱਥੇ ਸਫਾਈ ਕੀਤੀ ਗਈ ਆ। ਕਿਰਪਾ ਕਰਕੇ ਇਸ ਇਨਵਾਇਰਮੈਂਟ ਨੂੰ ਆਪਾਂ ਬਚਾਈਏ। ਅੱਜ ਇਹ ਸਿਧਵਾ ਕਨਾਲ ਜੋ ਕਿ ਇੱਕ ਗੰਦਾ ਦਰਿਆ ਬਣਦਾ ਜਾ ਰਿਹਾ ਸੀ, ਗੰਦੀ ਨਹਿਰ ਬਣਦੀ ਜਾ ਰਹੀ ਸੀ ਮੁੱਠੇ ਨਾਲੇ ਦੇ ਕਰਕੇ, ਉੱਥੇ ਆਹ ਦੇਖੋ ਅਸੀਂ ਨਹਿਰ ਦੇ ਵਿੱਚ ਅੱਜ ਥੱਲੇ ਤੱਕ ਸਾਰੀ ਅਸੀਂ ਸਫਾਈ ਕਰਾਈ ਹੈ। ਇਸ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਔਰ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਅਸੀਂ ਇਹ ਸਾਰਾ ਉਦਮ ਕਰ ਰਹੇ ਹੈਗੇ ਹਾਂ। ਅਸੀਂ ਤੁਹਾਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਇਹਦੇ ਵਿੱਚ ਤੁਸੀਂ ਕੋਈ ਵੀ ਪੂਜਾ ਦੀ ਸਮੱਗਰੀ ਕਿਰਪਾ ਕਰਕੇ ਇਸ ਪਾਣੀ ਨੂੰ ਲਾ ਸਕਦੇ ਹੋ। ਜਿੰਨੀ ਵੀ ਸਾਡੀ ਸੀਮਾ ਹੈਗੀ ਹਲਕਾ ਪੱਛਮੀ ਦੇ, ਤੁਸੀਂ ਦੇਖੋ ਅਸੀਂ ਨਹਿਰ ਦੇ ਵਿੱਚ ਤੁਹਾਨੂੰ ਅਸੀਂ ਇਹ ਚੀਜ਼ ਨਜ਼ਾਰਾ ਦਿਖਾਉਣ ਜਾ ਰਹੇ ਹਾਂ ਕਿਸ ਤਰੀਕੇ ਨਾਲ ਨਹਿਰ ਦਾ ਫਰਸ਼ ਦੇਖੋ ਨੀਚੇ ਤੁਸੀਂ ਕਿੱਥੇ, ਬਿਲਕੁਲ ਫਰਸ਼ ਤੱਕ ਇੱਥੇ ਸਫਾਈ ਕੀਤੀ ਗਈ ਆ। ਕਿਰਪਾ ਕਰਕੇ ਇਸ ਇਨਵਾਇਰਮੈਂਟ ਨੂੰ ਆਪਾਂ ਬਚਾਈਏ। ਅੱਜ ਇਹ ਸਿਧਵਾ ਕਨਾਲ ਜੋ ਕਿ ਇੱਕ ਗੰਦਾ ਦਰਿਆ ਬਣਦਾ ਜਾ ਰਿਹਾ ਸੀ, ਗੰਦੀ ਨਹਿਰ ਬਣਦੀ ਜਾ ਰਹੀ ਸੀ ਮੁੱਠੇ ਨਾਲੇ ਦੇ ਕਰਕੇ, ਉੱਥੇ ਆਹ ਦੇਖੋ ਅਸੀਂ ਨਹਿਰ ਦੇ ਵਿੱਚ ਅੱਜ ਥੱਲੇ ਤੱਕ ਸਾਰੀ ਅਸੀਂ ਸਫਾਈ ਕਰਾਈ ਹੈ। ਇਸ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਔਰ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਅਸੀਂ ਇਹ ਸਾਰਾ ਉਦਮ ਕਰ ਰਹੇ ਹੈਗੇ ਹਾਂ। ਅਸੀਂ ਤੁਹਾਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਇਹਦੇ ਵਿੱਚ ਤੁਸੀਂ ਕੋਈ ਵੀ ਪੂਜਾ ਦੀ ਸਮੱਗਰੀ ਕਿਰਪਾ ਕਰਕੇ ਇਸ ਪਾਣੀ ਨੂੰ ਲਾ ਸਕਦੇ ਹੋ। ਜਿੰਨੀ ਵੀ ਸਾਡੀ ਸੀਮਾ ਹੈਗੀ ਹਲਕਾ ਪੱਛਮੀ ਦੇ, ਤੁਸੀਂ ਦੇਖੋ ਅਸੀਂ ਨਹਿਰ ਦੇ ਵਿੱਚ ਤੁਹਾਨੂੰ ਅਸੀਂ ਇਹ ਚੀਜ਼ ਨਜ਼ਾਰਾ ਦਿਖਾਉਣ ਜਾ ਰਹੇ ਹਾਂ ਕਿਸ ਤਰੀਕੇ ਨਾਲ ਨਹਿਰ ਦਾ ਫਰਸ਼ ਦੇਖੋ ਨੀਚੇ ਤੁਸੀਂ ਕਿੱਥੇ, ਬਿਲਕੁਲ ਫਰਸ਼ ਤੱਕ ਇੱਥੇ ਸਫਾਈ ਕੀਤੀ ਗਈ ਆ। ਕਿਰਪਾ ਕਰਕੇ ਇਸ ਇਨਵਾਇਰਮੈਂਟ ਨੂੰ ਆਪਾਂ ਬਚਾਈਏ।